ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਜਿਹੜੇ ਵੀਰ ਦੀ ਈਮੇਲ ਆਈ ਹੈ ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਹਰਿਆਣਾ ਵਿੱਚ ਇੱਕ ਵੱਖਰੀ ਕਮੇਟੀ ਦਾ ਮਸਲਾ ਚੱਲ ਰਿਹਾ ਹੈ ਹੁਣ ਨਵੀਂ ਕਮੇਟੀ ਬਣੇ ਜਾਂ ਨਾ ਬਣੇ ਉਹ ਵੱਖਰੀ ਗੱਲ ਹੈ ਪਰ ਅਬਦਾਲੀ ਪਰਿਵਾਰ ਸਿੱਖਾਂ ਦੀ ਬਦਨਾਮੀ ਜ਼ਰੂਰ ਕਰਵਾ ਰਹੇ ਹਨ ਮੈਂ ਅਖਬਾਰ ਵਿੱਚ ਖਬਰ ਪੜ੍ਹੀ ਹੈ ਕਿ ਸ਼ਰਮਣੀ ਕਮੇਟੀ ਦੀ ਗੁੰਡਾ ਟਾਸਕ ਫੋਰਸ ਹਰਿਆਣਾ ਵਿੱਚ ਜਾ ਕੇ ਹਥਿਆਰਬੰਦ ਟਕਰਾਅ ਵੀ ਕਰ ਸਕਦੀ ਹੈ ਜਿਸ ਨਾਲ ਫਿਰ ਸਾਡੀ ਬਦਨਾਮੀ ਹੀ ਹੋਵੇਗੀ ਵੱਡੇ ਅਬਦਾਲੀ ਨੇ ਜਿਸ ਤਰ੍ਹਾਂ ਨਾਲ ਮਗਰਮਸ਼ ਦੇ ਅਥਰੂ ਵਹਾਏ ਹਨ ਤੇ ਬਿਆਨ ਦਿੱਤਾ ਹੈ ਕਿ ਉਹ ਸ਼ਹੀਦ ਹੋ ਜਾਵੇਗਾ ਜਾਂ ਅਸਤੀਫਾ ਦੇ ਦੇਵੇਗਾ ਪਰ ਕਮੇਟੀ ਨਹੀਂ ਬਣਨ ਦੇਵੇਗਾ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਇਹ ਹੁਣ ਆਪਣੇ ਮੁੰਡੇ ਸੁਖਵੀਰ ਲਾਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦੇਵੇਗਾ ਕਿਉਂਕਿ ਹੁਣ ਹਾਲਾਤ ਬਿਲਕੁਲ ਉਸ ਦੇ ਅਨੁਕੂਲ ਹਨ ਕੇਂਦਰ ਵਿੱਚ ਇਹਨਾਂ ਦੀ ਭਾਈਵਾਲ ਵਾਲੀ ਸਰਕਾਰ ਹੈ ਤੇ ਮਜੀਠੀਆ ਵੀ ਕਮਜ਼ੋਰ ਹੈ ਤੇ ਹੁਣ ਥੋੜੀ ਜਹੀ ਪੰਜਾਬ ਦੇ ਅਕਾਲੀ ਸਿੱਖਾਂ ਦੀ ਇਮੋਸ਼ਨਲ ਸਪੋਰਟ ਮਿਲ ਜਾਵੇ ਤੇ ਫਿਰ ਇਸ ਦਾ ਕੰਮ ਸੌਖਾ ਹੋ ਜਾਵੇਗਾ। ਬਾਕੀ ਜਿੱਥੋਂ ਤੱਕ ਅਬਦਾਲੀ ਦੇ ਸ਼ਹੀਦ ਹੋਣ ਦਾ ਬਿਆਨ ਹੈ ਇਹ ਟੱਬਰ ਕਿਸੇ ਦਿਨ ਗੁਰੂ ਘਰ ਦੀ ਗੋਲਗ ਥੱਲੇ ਆ ਕੇ ਭਾਵੇਂ ਮਰ ਜਾਵੇ ਅਣਖ ਲਈ ਨਹੀਂ ਮਰ ਸਕਦਾ। ਜੇ ਇਸ ਨੂੰ ਸ਼ਹੀਦੀ ਸ਼ਬਦ ਦਾ ਮਤਲਬ ਪਤਾ ਹੁੰਦਾ ਤਾਂ ਫਿਰ ਇਹ 1984 ਵਿੱਚ ਘਰੋਂ ਆਪਣੀ ਕੁੜੀ ਦਾ ਰਿਸ਼ਤਾ ਕੈਰੋ ਪਰਿਵਾਰ ਨੂੰ ਦੇ ਕੇ ਆਪਣੀ ਜਾਨ ਨਾ ਬਚਾਉਂਦਾ ਜੀ ਡਾਕਟਰ ਸਾਹਿਬ ਉਹ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਇਸ ਲਿਖਤ ਦੇ ਵਿੱਚ ਜਿਹੜਾ ਬੜਾ ਕਲਾਸੀ ਵਰਡ ਹੈ ਉਹ ਹੈ ਵੀ ਇਹ ਬਾਦਲ ਦੇ ਮਰੇਗਾ ਤਾਂ ਗੋਲਕਥਲੇ ਆ ਕੇ ਮਰੇਗਾ ਜੀ ਜੀ ਵੈਸੇ ਨਹੀਂ ਮਰਦਾ ਜੀ ਉਹਨਾਂ ਨੇ ਬਿਲਕੁਲ ਬੜਾ ਠੀਕ ਐਨਾਲਿਸਿਸ ਕੀਤਾ ਹੈ ਸਿਚੁਏਸ਼ਨ ਦਾ ਜੀ ਹਾਲਾਂਕਿ ਚਲੋ ਅੱਜ ਇਸ ਗੱਲ ਦੀ ਭਾਵੇਂ ਕੁਝ ਨੂੰ ਸੰਤੁਸ਼ਟ ਹੈ ਕੁਝ ਨੂੰ ਲੱਗਦਾ ਹੈ ਵੀ ਅਕਾਲੀਆਂ ਦਾ ਬਲੈਕਮੇਲ ਚੱਲ ਗਿਆ ਹੈ ਜੀ ਹਰ ਮਹਿੰਦਰ ਸਿੰਘ ਛੱਠਾ ਜਿਹੜਾ ਵਜ਼ੀਰ ਵੀ ਹੈ ਕਾਂਗਰਸ ਦੀ ਹਰਿਆਣਾ ਦੀ ਸਰਕਾਰ ਦੇ ਵਿੱਚ ਔਰ ਜਿਸ ਚੱਠਾ ਕਮੇਟੀ ਦੀ ਰਿਪੋਰਟ ਤੇ ਬੇਸ ਜਿਹੜੀ ਹੈ ਹਰਿਆਣਾ ਕਮੇਟੀ ਬਣੀ ਉਹਨਾਂ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਜਾਂ ਬਰੀਫਿੰਗ ਡਾਇਰੈਕਟ ਸ਼ਾਇਦ ਉਹਨਾਂ ਦਾ ਇੰਟਰਵਿਊ ਹੈ ਕਿ ਮੈਂ ਟ੍ਰੈਵਲ ਕਰ ਰਿਹਾ ਇਸ ਨੂੰ ਦੇਖਣ ਦਾ ਮੌਕਾ ਨਹੀਂ ਬਣਿਆ ਜੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਗੁਰਦੁਆਰਿਆਂ ਦਾ ਜਿਹੜਾ ਕੰਟਰੋਲ ਹੈ ਉਹ ਫੋਰਸਿਬਲੀ ਨਹੀਂ ਲਾਵਾਂਗੇ ਅਸੀਂ ਕੋਈ ਪੁਲਿਸ ਜਾਂ ਕੋਈ ਦਸਤਾ ਜਿਹੜਾ ਉਸ ਨੂੰ ਇਸ ਦੇ ਲਈ ਨਹੀਂ ਇਸਤੇਮਾਲ ਕਰਨਗੇ ਜੀ ਸੋ ਇਹਨੂੰ ਬੇਸ਼ੱਕ ਬਾਦਲ ਕੇ ਜਾਂ ਉਹਨਾਂ ਦੀ ਗੁੰਡਾ ਫੋਰਸ ਇਹਨਾਂ ਨੇ ਹੁਣ ਉੱਥੇ ਸਾਰੇ ਗੁਰਦੁਆਰਿਆਂ ਦੇ ਵਿੱਚ 100 100 200 ਬੰਦਾ ਹਥਿਆਰਬੰਦ ਨਿਹੰਗ ਤੇ ਦੂਜੇ ਤੀਜੇ ਨਾਂ ਦੇ ਥੱਲੇ ਆਪਣੇ ਗੁੰਡਿਆਂ ਨੂੰ ਨੀਲੇ ਕੱਪੜੇ ਪਵਾ ਕੇ ਖੜਾ ਕੀਤਾ ਹੋਇਆ ਨਜਾਇਜ਼ ਹਥਿਆਰ ਵੀ ਨੇ ਜੀ ਔਰ ਸੰਗਤ ਡਰਦੀ ਜਿਹੜੀ ਹੈ ਉੱਥੇ ਬਹੁਤ ਘੱਟ ਗਿਣਤੀ ਹੋ ਗਈ ਜਿਹੜੇ ਲੋਕ ਜਾਂਦੇ ਨੇ ਹੁਣ ਤਾਂ ਲੱਗਦਾ ਕਿ ਵੀ ਇਹ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣੇ ਪਰ ਚਲੋ ਬੇਸ਼ੱਕ ਇਹ ਇਸ ਨੂੰ ਹਰਿਆਣੇ ਦੇ ਸਿੱਖ ਇੱਕ ਕਮਜ਼ੋਰੀ ਵੀ ਸਮਝਣਗੇ ਸਰਕਾਰ ਦੀ ਕਿ ਜੇ ਸਰਕਾਰ ਨੇ ਬਣਾ ਦਿੱਤੇ ਤੇ ਉਹ ਕਿਉਂ ਪੋਜ਼ੀਸ਼ਨ ਨਹੀਂ ਲੈਂਦੀ ਪਰ ਅਸੀਂ ਸਮਝਦੇ ਆਂ ਕਿ ਜੇ ਇਵੇਂ ਹੁੰਦਾ ਤੇ ਘੱਟੋ-ਘਾਟੇ ਬਹੁਤ ਜਲਦੀ ਇੱਕ ਤੈਨਾਂ ਦਾ ਬਲਫ ਐਕਸਪੋਜ਼ ਹੋ ਜਾਏਗਾ ਜੀ ਜਿਹੜਾ ਔਰ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਕਿ ਵੀ ਇਸ ਚੋਂ ਜਿਹੜਾ ਇਹਨਾਂ ਦਾ ਹੋਰ ਵੀ ਜਿਹੜਾ ਸੈਲਫਿਸ਼ ਮੋਟਿਵ ਹੈ ਉਹ ਸਾਹਮਣੇ ਆਏ ਜੀ ਬਾਕੀ ਇਹਨਾਂ ਨੇ ਵੀ ਕਿਹਾ ਹੈ ਹੋਰ ਵੀ ਜਿਹੜੇ ਐਨਾਲਿਸਟ ਨੇ ਉਹ ਸੋਚਦੇ ਨੇ ਵੀ ਸ਼ਾਇਦ ਇਹ ਬਾਦਲ ਦਾ ਜਿਹੜਾ ਉਹਨੇ ਕਿਹਾ ਕਿ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਨਹੀਂ ਇਹ ਮਲਟੀਪਲ ਨਿਸ਼ਾਨੇ ਨੇ ਜੀ ਜੀ ਉਹਦੇ ਵਿੱਚ ਇੱਕ ਪਾਸੇ ਉਹ ਆਪਣਾ ਭਾਵਕ ਬਲੈਕਮੇਲ ਜਿਵੇਂ ਉਹਨਾਂ ਨੇ ਕਿਹਾ ਸਖਾਂ ਦਾ ਕਰਨਾ ਚਾਹੁੰਦੇ ਮਜੀਠੀਆ ਵੀ ਕਮਜ਼ੋਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਹਿਲਾਂ ਆਪ ਹੀ ਉਹ ਸਾਰਿਆਂ ਨੂੰ ਇਨੀਸ਼ੀਏਟ ਕਰਵਾਇਆ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਮਜੀਠੀਆ ਇਹ ਨਾ ਬਣ ਜਾਏ ਚੀਫ ਮਿਨਿਸਟਰ ਮੇਰੇ ਮੁੰਡੇ ਦੀ ਥਾਂ ਤੇ ਜਿੰਨਾਕ ਹਾਵੀ ਹੋ ਗਿਆ ਜੀ ਔਰ ਦੂਸਰਾ ਸੈਂਟਰ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਉਹ ਵੀ ਆਪਣੀ ਗੇਮ ਖੇਡ ਰਹੇ ਨੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹੁਣ 27 ਜੁਲਾਈ ਨੂੰ ਇਹ ਬਾਦਲ ਦਾ ਕੀ ਬਲਵ ਸਾਹਮਣੇ ਆਉਂਦਾ ਹੈ ਇਹਦਾ ਮੀਨ ਟਾਈਮ ਦੋ ਅਸੈਂਬਲੀ ਚੋਣਾ ਵੀ ਆ ਗਈਆਂ ਜਿਹੜੀ ਪਟਿਆਲੇ ਦੀ ਸੀਟ ਖਾਲੀ ਹੋਈ ਹੈ ਅਮਰਿੰਦਰ ਸਿੰਘ ਦੇ ਐਮਪੀ ਬਰਨ ਕਰਕੇ ਸ਼ਾਇਦ ਤਲਵੰਡੀ ਸਾਬੋ ਤੋਂ ਹੈ ਜੀ ਸੋ ਇਹ ਜਿਹੜਾ ਇਸ ਚ ਹੋਰ ਵੀ ਇਹਨਾਂ ਦੀ ਜਿਹੜੀ ਸਾਰੀ ਸਟ੍ਰੈਟਜੀ ਉਹ ਬਾਹਰ ਆਏਗੀ ਕਿ 27 ਜੁਲਾਈ ਨੂੰ ਕੀ ਕੱਢਦੇ ਨੇ ਜੀ ਜੀ ਪਰ ਬਾਦਲੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਹੁਣ ਬੁੱਢੇ ਵਾਰੇ ਜਿਹੜਾ ਮਗਰਮੱਛ ਤੇ ਅਥਰੂ ਤੇ ਇਹਨੇ ਸਾਰੀ ਉਮਰ ਹੀ ਬਿਗਾਏ ਨੇ ਪਰ ਹੁਣ ਪਤਾ ਨਹੀਂ ਐ ਕੋਈ ਮਗਰਮੱਛ ਕੋਈ ਅਰਖ ਕੱਢੇਗਾ ਆਪਣਾ ਹੈ ਤੇ ਆਪਣੇ ਮੁੰਡੇ ਨੂੰ ਕੋਈ ਜਿਹੜਾ ਉਸ ਅਰਖ ਚੋਂ ਕੁਝ ਕੱਢ ਕੇ ਪਿਆਏਗਾ ਜਾਂ ਕੀ ਕਰਨੇ ਲੇਕਿਨ ਮੈਂ ਸਮਝਦਾ ਹਾਂ ਵੀ ਇਨਾ ਹੁਣ ਜ਼ਰੂਰ ਹੈ ਕਿ ਜੇ ਅਸੀਂ ਸੋਸ਼ਲ ਮੀਡੀਆ ਨੂੰ ਕ੍ਰਾਈਟੇਰੀਆ ਦੇਖੀ ਜਿਹਨੇ ਬਹੁਤ ਸਾਰੀ ਇਸ ਤਬਦੀਲੀ ਦੇ ਵਿੱਚ ਵੀ ਰੋਲ ਅਦਾ ਕੀਤਾ ਹੈ ਹਰਿਆਣਾ ਕਮੇਟੀ ਦੇ ਮਾਮਲੇ 'ਚ ਇਹਨਾਂ ਦੀ ਕਾਫੀ ਔਰ ਖਾਸ ਤੌਰ ਤੇ ਜਿਵੇਂ ਅਕਾਲ ਤਖਤ ਨੂੰ ਵਰਤਿਆ ਇਹਨਾਂ ਨੇ ਜੀ ਸੋ ਮੈਂ ਸਮਝਦਾ ਵੀ ਆਂਡ ਵਾਲੇ ਦਿਨਾਂ 'ਚ ਹੁਣ ਬਾਦਲ ਦਾ ਸੌਦਾ ਇੰਨਾ ਛੇਤੀ ਤੇ ਇੰਨਾ ਸਸਤਾ ਵਿਕਣਾ ਨਹੀਂ ਹੈ ਜੀ ਜਿਨੇ ਜਿਵੇਂ ਕਿ ਇਹ ਮੁਫਤੋ ਮੁਫਤ ਵਾਲੇ ਇਹਨਾਂ ਨੇ ਕੰਮ ਰੱਖਿਆ ਸੀ ਕਿ ਬਲੈਕਮੇਲ ਕਰੋ ਸੌਦਾ ਵੇਚੋ ਤਫੇਰ ਉਹਨੂੰ ਪੰਥ ਦੇ ਖਾਤੇ 'ਚ ਪਾ ਦਿਓ। ਸੋ ਇਹਨਾਂ ਦਾ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਜੀ ਸਾਡੀ ਅਗਲੀ ਈਮੇਲ ਆਈ ਹੈ ਭੈਣ ਹਰਜੀਤ ਕੌਰ ਜੀ ਮੈਲਬਰਨ ਤੋਂ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਖਾਲਸਾ ਜੀ ਤੁਹਾਡਾ ਪ੍ਰੋਗਰਾਮ ਸੱਚੋ-ਸੱਚ ਜਾਣਕਾਰੀ ਭਰਪੂਰ ਹੁੰਦਾ ਹੈ। ਤੁਸੀਂ ਅੱਜ ਦੇ ਵਿਚਾਰ ਵਿੱਚ ਗੁਰਬਾਣੀ ਦੇ ਸ਼ਲੋਕ ਦੀ ਬਹੁਤ ਸੋਹਣੀ ਵਿਆਖਿਆ ਕਰਦੇ ਹੋ। ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਗੁਰਬਾਣੀ ਅਨੁਸਾਰ ਮਾਸ ਖਾਣਾ ਮਨਾਈ ਹੈ ਜਾਂ ਨਹੀਂ ਕਿਉਂਕਿ ਜੜੇ ਮਾਸ ਖਾਂਦੇ ਨੇ ਉਹ ਕਹਿ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਾਸ ਖਾਣ ਤੇ ਕਿਤੇ ਵੀ ਮਨਾਈ ਨਹੀਂ ਜੇ ਤੁਸੀਂ ਮੈਨੂੰ ਮੇਰੇ ਸਵਾਲ ਦਾ ਜਵਾਬ ਦਿਓਗੇ ਤਾਂ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ ਜੀ ਡਾਕਟਰ ਸਾਹਿਬ ਆ ਦੇਖੋ ਜਦੋਂ ਕੋਈ ਵੀ ਪੈਣ ਸਾਾਨੂੰ ਲਿਖਦੀ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਜਿਵੇਂ ਜਿਹੜਾ ਰੁਤਬਾ ਔਰਤ ਨੂੰ ਦਿੱਤਾ ਉਹ ਕਿਸੇ ਹੋਰ ਨੇ ਨਹੀਂ ਦਿੱਤਾ ਜੀ ਤੇ ਜੇ ਅਸੀਂ ਸਿਰਫ ਉਹਨੂੰ ਕਾਗਜ਼ਾਂ 'ਚ ਹੀ ਕਵਾਂਗੇ ਉਹ ਬਰਾਬਰ ਦੀਆਂ ਬੀਬੀਆਂ ਸਾਡੇ ਨਾਲ ਪੰਥਕ ਡਿਬੇਟਸ ਦੇ ਵਿੱਚ ਪਾਰਟਿਸਿਪੇਟ ਨਾ ਕਰਨਗੀਆਂ ਜਾਂ ਉਹਨਾਂ ਨੂੰ ਭਾਵੇਂ ਉਹ ਮੈਨੇਜਮੈਂਟਸ ਗੁਰਦੁਆਰਿਆਂ ਦੀਆਂ ਹੋਣ ਜਾਂ ਅਸੀਂ ਜਦੋਂ ਈਵਨ ਖਾਲਸਤਾਨ ਨਾਲ ਸੰਬੰਧਿਤ ਡਿਸਕਸ਼ਨ ਵੀ ਕਰਦੇ ਹਾਂ ਮੈਨੂੰ ਚੰਗਾ ਲੱਗਦਾ ਜਦੋਂ ਪਰਿਵਾਰਾਂ ਦੇ ਵਿੱਚ ਬੀਬੀਆਂ ਵੀ ਆ ਕੇ ਪਾਰਟਿਸਿਪੇਟ ਕਰਦੀਆਂ ਆਪਣਾ ਵਿਊ ਪੁਆਇੰਟ ਦਿੰਦੀਆਂ ਸੋ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਪੰਜ ਜੀ ਹਰਜੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਮੈਲਬੌਰਨ ਤੋਂ ਲਿਖੇ ਜੀ ਉਹਨਾਂ ਨੂੰ ਸੱਚੋ ਸੱਚ ਪ੍ਰੋਗਰਾਮ ਜਾਣਕਾਰੀ ਭਰਪੂਰ ਲੱਗਦਾ ਹੈ ਗੁਰਬਾਣੀ ਵਿਆਖਿਆ ਕਿਉਂਕਿ ਮੈਂ ਇਹ ਕਦੇ ਵੀ ਕਲੇਮ ਨਹੀਂ ਕੀਤਾ ਨਾ ਹੀ ਮੈਂ ਕਰਦੇ ਕਿਉਂਕਿ ਮੇਰੀ ਕੋਈ ਗੁਰਬਾਣੀ ਸੰਥਿਆ ਜਾਂ ਕੋਈ ਕਥਾ ਜਾਂ ਕੋਈ ਟ੍ਰੇਨਿੰਗ ਨਹੀਂ ਹੈ ਨਾ ਮੈਂ ਕੋਈ ਲੇਬਲ ਲਾਇਆ ਹੈ ਕਿ ਜੀ ਅਸੀਂ ਉੱਥੇ ਵਿਦਿਆ ਲਈ ਜਾਂ ਇੱਥੇ ਲਈ ਜੀ ਜੀ ਔਰ ਨਾ ਹੀ ਮੈਂ ਕੋਈ ਟੀਕਾ ਆਧਾਰਿਤ ਕੋਈ ਟੀਕੇ ਪੜੇ ਹੋਏ ਨੇ ਵੀ ਕਿਨੇ ਕੀ ਲਿਖਿਆ ਪਰ ਜਿਵੇਂ ਜਿੰਨੀ ਇੱਕ ਸਤਿਗੁਰੂ ਨੇ ਸੂਝੀ ਦਿੱਤੀ ਹੈ ਵੈ ਸਮਝਣ ਦੀ ਕੋਸ਼ਿਸ਼ ਕਰਦੇ ਔਰ ਇਸ ਲਈ ਸਾਡਾ ਇਹ ਕਦੇ ਵੀ ਦਾਵਾ ਨਹੀਂ ਕਿ ਸਾਡੀ ਵਿਚਾਰ ਹੀ ਜਿਹੜੀ ਹੈ ਉਹ ਕਰੈਕਟ ਹੈ ਇੱਕ ਜੋ ਜਿਹਾ ਤੁਹਾਡਾ ਅਨੁਭਵ ਹੁੰਦਾ ਹੈ ਕਈ ਵਾਰੀ ਅਸੀਂ ਗੁਰਬਾਣੀ ਦਾ ਸ਼ਾਇਦ ਸੁੱਧ ਉਚਾਰਨ ਵੀ ਨਹੀਂ ਕਰ ਪਾਉਂਦੇ ਜੀ ਲੇਕਿਨ ਇਹਦੇ ਬਾਵਜੂਦ ਸਾਡਾ ਯਤਨ ਹੁੰਦਾ ਹੈ ਕਿ ਜਿੱਥੇ ਅਸੀਂ ਕਰੰਟ ਪੋਲੀਟੀਕਲ ਦੂਸਰੇ ਇਸ਼ੂਜ਼ ਨੂੰ ਲੈਂਦੇ ਹਾਂ ਉੱਥੇ ਥਾਟ ਫਾਰ ਦਾ ਡੇ ਚ ਅਸੀਂ ਗੁਰਬਾਣੀ ਪਾਈ ਨੰਦ ਲਾਲ ਜੀ ਪਾਈ ਗੁਰਦਾਸ ਜੀ ਇਹਨਾਂ ਦੀਆਂ ਰਚਨਾਵਾਂ ਨੂੰ ਵੀ ਅਸੀਂ ਸ਼ਾਮਲ ਕਰਦੇ ਜੀ ਉਹਨਾਂ ਦਾ ਸਵਾਲ ਉਹੀ ਹੈ ਜਿਹੜਾ ਅਕਸਰ ਸਾਡੇ ਬਹੁਤ ਸਾਰੇ ਸ਼ਰੋਤਿਆਂ ਦੀ ਦਰਸ਼ਕਾਂ ਦੀ ਫਿਕਸੇਸ਼ਨ ਰਹਿੰਦਾ ਹੈ ਹਾਲਾਂ ਇਸ ਬਾਰੇ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਜੀ ਦੇਖੋ ਸਾਡੇ ਲਈ ਜਿਹੜਾ ਕ੍ਰਾਈਟੇਰੀਆ ਹੈ ਕਿਉਂਕਿ ਜਦੋਂ ਅਸੀਂ ਇਸ ਪ੍ਰੋਗਰਾਮ ਚ ਮर्यादा ਦੇ ਪੱਖ ਨੂੰ ਜਾਂ ਕੀ ਠੀਕ ਹੈ ਕੀ ਗਲਤ ਹੈ ਅਸੀਂ ਇੱਕ ਕ੍ਰਾਈਟੇਰੀਆ ਲਿਆ ਸੀ ਵੀ ਸਾਡੇ ਲਈ ਸਿੱਖ ਰਹਿਤ ਮर्याਦਾ ਜਿਹੜੀ ਕਿ ਪੰਥ ਨੇ 22 ਸਾਲ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਵਾਨਿਤ ਕੀਤੀ ਜੀ ਉਸ ਉਹੀ ਸਾਡਾ ਆਧਾਰ ਹੋਏਗਾ ਗੁਰਬਾ ਜਿਹੜਾ ਧਾਰਮਿਕ ਮਸਲਿਆਂ ਸੰਬੰਧੀ ਜਵਾਬ ਦੇਣ ਦੇ ਲਈ ਜੀ ਜੀ ਸੋ ਉਸ ਦੇ ਵਿੱਚ ਤਾਂ ਜਿਹੜਾ ਇਹ ਇਸ਼ੂ ਹੈ ਇਸ ਨੂੰ ਉਹਨਾਂ ਨੇ ਕੁੱਠਾ ਮਾਸ ਨਹੀਂ ਖਾਣ ਸੋ ਜਿਹੜਾ ਇਹ ਚਾਰ ਕੁਰੇਤਾਂ ਦੇ ਵਿੱਚ ਜਿਹੜਾ ਕੁੱਠਾ ਖਾਣ ਵਾਲਿਆਂ ਨੂੰ ਕੁਰੇਤੀ ਹੈ ਤੇ ਜਿਹੜੀਆਂ ਰਹਿਤਾਂ ਨੇ ਉਹਨਾਂ ਦੇ ਵਿੱਚ ਵੀ ਇਹ ਹੈ ਕਿ ਵੀ ਕੁੱਠਾ ਨਹੀਂ ਖਾਣਾ ਤੇ ਕੁਰਾਇਤ ਉਹਦੀ ਹੀ ਬਣਦੀ ਹੈ ਜਿਹੜਾ ਕਿ ਜਦੋਂ ਤੁਸੀਂ ਉਹਨੂੰ ਫਲਾਉਟ ਕਰ ਦੋ ਇਹ ਪੋਜੀਸ਼ਨ ਜਿਹੜੀ ਹੈ ਉਹ ਸਿੱਖ ਰਹਿਤ ਮਰਿਆਦਾ ਦੀ ਹੈ ਜੀ ਹੁਣ ਉਹਨਾਂ ਨੇ ਗੁਰਬਾਣੀ ਅਨਸਾਰ ਕੀਤਾ ਕਿਉਂਕਿ ਇਹ ਪੋਜੀਸ਼ਨ ਵੀ ਸਿੱਖ ਰਹਿਤ ਮਰਿਆਦਾ ਚ ਇਵੇਂ ਆਈ ਕਿ ਜਦੋਂ ਇਹ ਡਿਬੇਟ ਹੋ ਰਹੀ ਸੀ ਤੇ ਦੋਨੋਂ ਹੀ ਪੱਖਾਂ ਦੇ ਸਿੱਖ ਵਿਦਵਾਨ ਸਕਾਲਰ ਸੰਪਰਦਾਵਾਂ ਨੇ ਆਪਣੇ ਆਰਗੂਮੈਂਟ ਦਿੱਤੇ ਉਨ੍ਹਾਂ ਦੇ ਵਿੱਚ 21 ਸਨ ਜਿਹੜੇ ਗੁਰਬਾਣੀ ਸਿੱਖ ਇਤਿਹਾਸ ਜਾਂ ਜੰਗਜੂ ਪਰੰਪਰਾ ਉਹਦਾ ਹਵਾਲਾ ਦੇ ਕੇ ਸਾਬਤ ਕਰਦੇ ਸਨ ਕਿ ਜਿਹੜਾ ਉਹ ਸਿੱਖੀ ਦੇ ਵਿੱਚ ਝਟਕਾ ਖਾਣਾ ਜਾਇਜ਼ ਹੈ ਦੂਸਰਾ ਸੈੱਟ ਜਿਹੜਾ ਸੀ ਉਹ ਹੀ ਗੁਰਬਾਣੀ ਦੀਆਂ ਕੋਰਸ ਜਾਂ ਇਤਿਹਾਸ ਜਾਂ ਪਰੰਪਰਾ ਉਹਨੂੰ ਆਪਣੇ ਢੰਗ ਦੇ ਨਾਲ ਇੰਟਰਪ੍ਰੀਟ ਕਰਕੇ ਸਾਬਤ ਕਰਦੇ ਸਨ ਕਿ ਇਹ ਜਾਇਜ਼ ਨਹੀਂ ਜੀ ਸੋ ਅਸੀਂ ਸਮਝਦੇ ਹਾਂ ਵੀ ਸਾਡੇ ਕਿਉਂਕਿ ਉਸ ਡਿਬੇਟ ਦਾ ਬਹੁਤ ਸਾਰਾ ਹਿੱਸਾ ਕਦੇ ਬਾਹਰ ਨਹੀਂ ਆਇਆ ਕਿ ਵੀ ਗੋਜਿਆਏ ਸਿਰਫ ਇਹ ਪਤਾ ਹੈ ਕਿ ਵੀ ਇਹ ਇਸ ਇਸ਼ੂ ਦੇ ਉੱਤੇ ਔਰ ਰਾਗ ਮਾਲਾ ਦੇ ਇਸ਼ੂ ਦੇ ਉੱਤੇ ਇਹ ਦੋ ਇਸ਼ੂ ਸਨ ਜਿਨ੍ਹਾਂ ਦੇ ਉੱਤੇ ਕਾਫੀ ਪਖਵੀਂ ਔਰ ਬੈਸ ਵੀ ਹੋਈ ਔਰ ਰਾਗ ਮਾਲਾ ਬਾਰੇ ਵੀ ਜਿਵੇਂ ਫਿਰ ਜੋ ਰਹਿਤ ਮਰਿਆਦਾ ਨੇ ਲਿਆ ਸਟੈਂਡ ਹੋ ਇਹੀ ਸੀ ਕਿ ਵੀ ਰਾਗ ਮਾਲਾ ਦਾ ਪੜਨਾ ਜਾਣਾ ਪੜਨਾ ਜੀ ਸਥਾਨਕ ਰੀਤੀ ਅਨਸਾਰ ਕੀਤਾ ਜਾਏ ਪਰ ਰਾਗ ਮਾਲਾ ਤੋਂ ਬਿਨਾ ਕੋਈ ਵੀ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਹਿਆਨਾ ਕਰੇ ਸੋ ਜਦੋਂ ਇਹ ਮਾਸ ਦੀ ਡਿਬੇਟ ਸੀ ਇੱਕ ਥਾਟ ਜਿਹੜਾ ਕੁੱਠੇ ਦਾ ਅਰਥ ਮਾਸ ਕਰਦੇ ਸੀ ਪਰ ਜਦੋਂ ਅਸੀਂ ਉਸੇ ਰਹਿਤ ਮਰਿਆਦਾ ਚ ਥੱਲੇ ਉਹਨਾਂ ਨੇ ਸਟਾਰ ਪਾ ਕੇ ਦਿੱਤੇ ਕਿ ਕੁੱਠਾ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤੇ ਮਾਸ ਨੂੰ ਕਹਿੰਦੇ ਹਨ ਜਿਹਨੂੰ ਹਲਾਲ ਵੀ ਕਿਹਾ ਜਾਂਦਾ ਹੈ ਜੀ ਹੁਣ ਇਸ ਕਿਉਂਕਿ ਮੈਂ ਬਹੁਤ ਵਾਰੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਇਸ ਕਿਸਮ ਦੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਅਸੀਂ ਕੋਈ ਬੇਮਤਲਬ ਵਾਦ-ਵਿਵਾਦ ਨਾ ਕਰੀਏ ਪਰ ਮੈਂ ਸਮਝਦਾ ਵੀ ਇਹ ਇਹ ਤੁਹਾਡਾ ਇੱਕ ਕੋਈ ਮੀ ਫੈਸਲਾ ਹੈ ਪੰਥਕ ਫੈਸਲੇ ਜੀ ਬਾਕੀ ਤੁਹਾਡੀਆਂ ਨਿੱਜੀ ਰੁਚੀਆਂ ਨੇ ਔਰ ਨਿੱਜੀ ਰੁਚੀਆਂ ਤੁਹਾਡੇ ਸੁਭਾਅ ਤੇ ਡਿਪੈਂਡ ਕਰਦੀਆਂ ਤੁਹਾਡੀ ਲੋਡ ਤੇ ਡਿਪੈਂਡ ਕਰਦੀਆਂ ਜੀ ਤੁਹਾਡੇ ਆਪਣੇ ਜਿਵੇਂ ਹੁਣ ਮੈਂ ਬੇਸ਼ੱਕ ਮੈਂ ਇਸ ਰਹਿਤ ਮੁਰੀਆ ਦਾ ਫੈਸਲੇ ਨੂੰ ਪੰਥਕ ਫੈਸਲਾ ਮੰਨਦਾ ਪਰ ਮੈਂ ਜਿਹੜਾ ਮਾਸahari ਨਹੀਂ ਕਿਉਂਕਿ ਇਹ ਮੇਰੀ ਆਪਣੀ ਚੋਇਸ ਸੀ ਮੈਂ ਕਈ ਵਾਰ ਹੱਕੇ ਪਹਿਲਾਂ ਇਹ ਚੁਣਿਆ ਕਿ ਵੀ ਨਹੀਂ ਜੀ ਇਹ ਪਾਰਟ ਹੈ ਪਰ ਇਹਨੂੰ ਮੈਂ ਕਦੇ ਦੂਸਰਿਆਂ ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਮੈਂ ਸਮਝਦਾ ਆ ਕਿ ਇਸ ਇਸ ਕਿਸਮ ਦੇ ਇਸ਼ੂਜ਼ ਦੇ ਉੱਤੇ ਬਹੁਤ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ ਜਿੱਥੇ ਤੁਹਾਨੂੰ ਅੱਛਾ ਪੋਸ਼ਟਿਕ ਹਾਰ ਮਿਲਦਾ ਹੈ ਅੱਛੀ ਨਿਊਟ੍ਰੀਸ਼ਨ ਮਿਲਦੀ ਹੈ ਵੈਜੀਟੇਰੀਅਨਸ ਦੇ ਵਿੱਚ ਵੀ ਬਹੁਤ ਕੁਝ ਹੈ ਅੱਜ ਕੱਲ ਤੁਹਾਡੇ ਕੋਲ ਹਰ ਚੀਜ਼ ਹੈ ਜੇ ਤੁਸੀਂ ਫਿਰ ਵੀ ਤੁਹਾਡੀਆਂ ਕੋਈ ਲੋੜ ਕੋਈ ਮੈਡੀਕਲ ਕੋ ਅਦਰ ਵੇ ਨੇ ਤੇ ਉਹ ਤੁਹਾਡੀ ਆਪਣੀ ਚੁਆਇਸ ਹੈ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਸੋ ਮੈਂ ਇਹ ਸਮਝਦਾ ਹਾਂ ਵੀ ਇਸ ਤੋਂ ਵੱਧ ਕੇ ਹੋਰ ਮੈਂ ਇਸ ਬਾਰੇ ਕੋਈ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਫਿਰ ਜੇ ਤੁਸੀਂ ਕੋਰਟ ਚਾਰ ਇੱਕ ਪਾਸੇ ਦੀਆਂ ਲੈਂਦੇ ਹੋ ਦੂਸਰੇ ਉਹੀ ਚਾਰ ਤੁਕਾਂ ਸੁਣਾ ਕੇ ਦੂਜੀ ਇੰਟਰਪ੍ਰੀਟੇਸ਼ਨ ਸ਼ੁਰੂ ਕਰ ਦਿੰਦੇ ਜੀ ਜੀ ਸੋ ਮੈਂ ਭੈਣ ਜੀ ਹਰਜੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਲੈਣੇ ਬ੍ਰੇਕ ਵਿਅਰਸ ਤੁਸਾਰਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ